ਹਾਂਜੀ ਕਿੱਦਾਂ ਮਿੱਤਰੋ, ਕੀ ਹਾਲ ਚਾਲ, ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਵਲੌਗ ਦੇ ਵਿੱਚ। ਅਤੇ ਹੋਪ ਤੁਸੀਂ ਘੈਂਟ ਹੋਵੋਗੇ। ਅਤੇ ਅੱਜ ਹਜੇ ਤਾਂ ਮਿੱਤਰੋ ਪ੍ਰੋਪਰ ਪਲੈਨ ਨਹੀਂ, ਅਸੀਂ ਕਿੱਧਰ ਨੂੰ ਜਾਣਾ ਕੀ ਕਰਨਾ ਵਾ, ਪਰ ਪਹਿਲਾਂ ਤਾਂ ਇੱਥੇ ਮਿੱਤਰੋ ਕੁਛ ਲਿਖਾ ਕੇ ਲੈ ਗਏ ਯਾਰ, ਹੈਨਾ। ਸੁਣਨਾ ਸੁਣਨਾ ਇਹ ਲੱਗਦਾ ਨਾ ਸੋਈ ਬਾਈ ਬੰਪਰ। ਹੈਪੀ ਗੋਲਡ ਸਮਿਥ ਦੇ ਚੈਨਲ ਦੇ ਉੱਤੇ ਟਰੈਕਟਰ ਦੇ ਫੀਚਰ ਦੱਸ ਦਿਓ ਫਿਰ। ਟਰੈਕਟਰ ਦੇ ਫੀਚਰ ਵੀਰੇ ਆਪਣਾ ਜਿਹੜਾ ਹਾਲੈਂਡ ਟਰੈਕਟਰ ਆ ਆਪਣੀ ਜਨਸੀ ਦੇ ਵਿੱਚ ਬਣਦਾ ਆਪਣੇ ਘਰੇ। ਅੱਛਾ ਘਰੇ, ਹਾਂ ਏਜੰਸੀ ਪਰ ਤੁਹਾਨੂੰ ਪਤਾ ਵੱਡੇ ਕੰਮ ਨੇ, ਘਰੀ ਏਜੰਸੀਆਂ ਖੋਲੀਆਂ, ਘਰੀ ਏਜੰਸੀਆਂ ਖੋਲੀਆਂ। ਇਹਦੇ ਵਿੱਚ ਫੀਚਰ ਤੁਹਾਨੂੰ ਕੀ ਦੱਸਾਂ, ਦੱਸੋ ਫੀਚਰ ਹੀ ਫੀਚਰ ਨੇ ਇਹਦੇ ਵਿੱਚ। ਇਧਰ ਆ, ਇਹਦਾ ਫੀਚਰ, ਇਹਦੇ ਫੀਚਰ ਆਏ ਨੇ ਵੀ ਤਾਂ ਕਦੇ ਟਾਇਰ ਨਹੀਂ ਪੈਂਚਰ ਹੁੰਦਾ। ਵਾਹ, ਉਹ ਦੂਜੀ ਦਾ ਵੀ ਨਹੀਂ ਹੁੰਦਾ, ਉਹਦਾ ਵੀ ਨਹੀਂ ਹੁੰਦਾ, ਇਹ ਦੂਜੇ ਟਿਊਬਲੈਸ ਟਾਇਰ ਨੇ, ਟਿਊਬਲੈਸ ਟਾਇਰ। ਹਾਂ, ਇਹਦੇ ਵਿੱਚ ਫੀਚਰ ਵੀਰੇ ਇੱਕ ਤਾਂ ਦੇਖੋ ਆ ਰੇਸ ਆਪਾਂ ਏਜੰਸੀ ਵੱਲੋਂ ਲਾ ਕੇ ਦਿੱਤੀ, ਏਜੰਸੀ ਵੱਲੋਂ ਹੀ ਲਾ ਕੇ ਦਿੱਤੀ, ਬਹੁਤ ਡਿਮਾਂਡ ਆ ਰਹੀ ਸੀ ਇਹਦੀ, ਲਾ ਕੇ ਦਿੱਤੀ। ਇੱਕ ਵੀਰੇ ਆਪਣਾ ਪੈਰ ਦਾ ਉੱਚੇ ਕਰਤੇ ਥੋੜੇ ਜੀ, ਠੀਕ ਹੈ ਜੀ, ਠੀਕ ਹੈ, ਉੱਚੇ ਕਰਤੇ। ਇੱਕ ਆ ਟਾਇਰ ਵੀ ਏਜੰਸੀ ਵੱਲੋਂ ਹੀ ਕਰਤਾ, ਇਹ ਵੀ ਏਜੰਸੀ ਵੱਲੋਂ ਹੀ 1116 ਆਫਰ ਚਲਾਤਾ ਸੀ ਆਪਾਂ ਆਫਰ ਦੇ ਵਿੱਚ, ਹੈਪੀ ਗੋਲਡ ਸਮਿਥ ਨੇ ਆਫਰ ਚ ਲੈ ਐਵੇਂ ਹੈਪੀ ਗੋਲਡ, ਉਹ ਜਿਹੜੇ ਮਗਰ ਪਏ ਉਹ ਵੀ ਟਰਾਲੀ ਭਰ ਕੇ ਨਾਲ ਹੀ ਦੇ ਦੇਣੇ ਆ, ਉਹ ਤਾਂ ਫਿਰ ਮਹਿੰਗੇ ਥੋੜੇ ਜਿਹਾ ਵੀ ਦੱਖ ਕਰਦੇ ਨੇ, ਉਹ ਇੱਕ ਟੋਚ ਨਾਲ ਕਹਿ ਤਿਆਰ ਹੋਏ ਵੇ, ਉਹ ਟੋਚ ਨਾਲ ਸਪੈਸ਼ਲ, ਉਹ ਤਾਂ ਐ ਮੰਨੋ ਵੀ 3.5 ਲੱਖ ਦੇ ਟਾਇਰ ਨੇ, ਇਹ ਵੇਚਦੇ ਨਹੀਂ ਪਰ ਉਹ ਤਾਂ ਕਹਿ ਉਹ ਨਹੀਂ ਗਿਆ, ਰੇਟ ਲਾਤਾ ਸੀ ਬੰਦੇ ਨੇ ਪਰ ਅਸੀਂ ਵੇਚਦੇ ਨਹੀਂ। ਤੇ ਬੰਪਰ, ਇਹ ਬੰਪਰ ਵੀ ਇਹ ਫਿਰ ਬੰਪਰ ਤੇ ਚੁੱਲਾ ਦੋਨੇ ਚੀਜ਼ਾਂ ਹੈ, ਇਹ ਦੋਨੇ ਚੀਜ਼ਾਂ ਇਹ ਅਸੀਂ ਬਾਹਰੋਂ ਲਵਾਈਆਂ, ਇਹ ਦਿੰਦੇ ਨਹੀਂ ਕੰਪਨੀ ਵਾਲੇ। ਤੇ ਇਹ ਬਹੁਤ ਵਧੀਆ ਦੇਖੋ, ਅਸੀਂ ਖੁਦ ਆਪ ਬੈਲਡ ਕੀਤਾ, ਮੈਗ ਬੈਲਡ ਆਪ ਕੀਤਾ, ਇੱਥੇ ਪਤਾ ਨਹੀਂ ਲੱਗਦਾ ਸਾਨੂੰ ਵੀ ਬੈਲਡ ਕਰਿਆ, ਕੈਮਰੇ ਚ ਦਿਖਾ ਦਿਓ ਮਾੜਾ ਜਿਹਾ ਦੇਖਣ। ਤੇ ਇਹ ਪੇਂਟਰ ਅਸੀਂ ਸੱਦਿਆ ਸੀ ਇੰਗਲੈਂਡ ਤੋਂ ਸਪੈਸ਼ਲ। ਅੱਛਾ, ਇਹ ਰੰਗ ਜਿਹੜੇ ਨੇ ਕਰਿਆ ਇੰਗਲੈਂਡ ਤੋਂ, ਪੇਂਟਰ ਆਇਆ ਸੀ ਉਹਨੇ ਰੰਗ ਕਰਿਆ। ਤੇ ਬਾਕੀ ਤੁਸੀਂ ਖੂਬੀਆਂ ਹੋਰ ਤਾਂ ਐਲਈਡੀ ਲਾਈਟਾਂ ਪਾਤੀਆਂ ਆਪਾਂ, ਡੀਆਰਐਲ ਲਾਈਟਾਂ ਪਾਤੀਆਂ, ਤੇ ਪਾਵਰ ਸਟੀਅਰਿੰਗ ਤੁਹਾਨੂੰ ਪਤਾ ਆਪਣਾ ਟਰੈਕਟਰ ਪਹਿਲਾਂ ਤੋਂ ਹੀ ਆਗਾ। ਤੇ ਬਾਕੀ ਆ ਦੇਖੋ ਰੇਸ ਆਪਣੀ ਬਹੁਤ ਵਧੀਆ, ਐਂ ਨਹੀਂ ਕਰਦੇ, ਇਹ ਇਹਦੇ ਨਾਲ ਕਰਦੇ ਵੀਰੇ, ਉਹ ਆ ਚੀਜ਼ ਆ। ਅੱਛਾ, ਸਿਟੀ ਇਹਦੇ ਨਾਲ ਮਾਰਦਾ, ਇਹਦੇ ਨਾਲ ਸਿਟੀ ਵੱਜਦੀ ਆ, ਤੇ ਜੇ ਇੱਥੋਂ ਰੇਸ ਖਿੱਚੋਗੇ ਫਿਰ ਰੇਸ ਹੋ ਜੂ ਇਹਦੀ। ਅੱਛਾ ਅੱਛਾ, ਇੱਥੋਂ ਪਿੱਛੇ ਕਰਦੇ ਤੇ ਗੇਅਰ ਕਿਹੜੇ ਆ, ਗੇਅਰ ਗੇਅਰ ਇਹ ਯੂਜੀ ਗੇਅਰ ਆ ਵੀਰੇ। ਅੱਛਾ ਅੱਛਾ, ਹੈ ਕਿਹੜਾ ਗੇਅਰ ਗੇਰੇ ਵੀਰੇ, ਆਹ ਠੀਕ ਹੈ ਜੀ, ਠੀਕ ਹੈ, ਬਹੁਤ ਹੋ ਗਿਆ ਇਦੋਂ ਪਹਿਲਾਂ ਕੀ ਕਮੈਂਟਾਂ 'ਚ ਆਪਾਂ ਨੂੰ ਗਾਲਾਂ ਪੈਣ ਜੀ, ਇਹ ਸੀਟ ਬੈਲਟ ਵੀ ਲਾਤੀ ਵੀਰੇ ਆਪਾਂ। ਅੱਛਾ ਅੱਛਾ, ਬਾਲਾ ਪਾਈ ਦੇ ਨਾ, ਬਾਲਾ ਪਾਈ ਦਾ ਫਿਰ, ਹਾਈ ਤਾਂ 55 ਤੇ ਜਾਂਦਾ ਬਈ, ਨਹੀਂ ਜੀ ਪਰ 55 ਲਾਵਾਂਗੇ ਨਾ। ਅੱਛਾ ਠੀਕ, ਇਹ ਪਹਿਲੀ ਸੇਫਟੀ ਦਿੰਦੇ ਆ ਨਾ, ਪਹਿਲਾਂ ਹੀ ਪਤਾ ਕਿ ਬੰਦੇ ਹਟਦੇ ਨਹੀਂ, ਪਤਾ ਹੀ ਆ ਵੀ ਬੰਦੇ ਇਹ ਕੰਮ ਪੰਗੇ ਲੈਣਗੇ। ਤੇ ਆਹ ਟਾਇਰ ਵੀ ਰੇਡੀਅਲ ਹੈ, ਇਹ ਟਾਇਰ ਰੇਡੀਅਲ ਬਾਹਰੋਂ ਪੁਆਇੰਟ ਹੀ ਨਹੀਂ ਦਿੰਦੇ। ਅੱਛਾ, ਇਹ ਨਹੀਂ ਦਿੰਦੇ, ਅਲਾਇੰਸ ਦੇ ਆ, ਇਹ ਅਲਾਇੰਸ ਦੇ ਆ, ਚਮਕਦੇ ਆ ਪੂਰੇ, ਪੂਰੇ ਚਮਕਦੇ ਵੀਰੇ, ਪੈਸੇ ਵੀ ਚਮਕਦੇ ਹੁੰਦੇ ਨੇ। ਮਗਰੋਂ ਕੀ ਚੀਜ਼ ਕਰਦਾ, ਮਗਰੋਂ ਵੀਰੇ ਆਪਣੀਆਂ ਡਿਸਟ੍ਰਿਕਟਾਂ ਜਿਹੜੀਆਂ ਪਾਈਪਾਂ ਸੀ ਇਹ ਥੋੜੀਆਂ ਜਿਹੀਆਂ ਅੱਗੇ ਕਰਤੀਆਂ, ਪਹਿਲਾਂ ਪਿੱਛੇ ਸੀ ਉਧਰ। ਅੱਛਾ, ਥੋੜੀਆਂ ਜਿਹੀਆਂ ਮਗਰ ਨੂੰ ਕਰਤੀਆਂ ਕਿਉਂਕਿ ਇੱਥੇ ਉਹ ਕਹਿੰਦੇ ਸੀ ਫਾਰਮਰ ਆਪਣੇ, ਕਹਿੰਦੇ ਸੀ ਦਿੱਕਤ ਆਉਂਦੀ ਹੈ ਪਾਈਪ ਲਾਉਣ ਦੇ ਵਿੱਚ, ਤੇ ਇਹ ਤਾਂ ਕਰਕੇ ਇੱਥੇ ਦਿੱਤੀਆਂ। ਠੀਕ ਹੈ, ਤੇ ਡੈੱਕ ਵੀ ਨਾਲ ਦਿੱਕ ਜੀ, ਇਹ ਬਣਵਾਇਆ ਆਪਾਂ ਸਪੈਸ਼ਲ, ਹਾਂ 47,000 ਚੱਲ ਬਾਤ ਕਰ ਓਏ, ਬ੍ਰੇਕ ਤੋਂ ਬਾਅਦ ਕਹਿੰਦਾ ਟੋਜਣ ਵਾਲੇ ਟਰੈਕਟਰ ਅੱਜ ਭਰਤ ਪਾ ਰਹੇ ਹੈ। ਸਤਿ ਸ਼੍ਰੀ ਅਕਾਲ ਜੀ, 60 ਨਾ ਜਾਵੇ ਪਰ ਪ੍ਰੀਤ ਉਹ ਪ੍ਰਾਰਥ ਹੋ ਜਾ, ਐ ਵੇਖ ਲੈ ਪਲਾਉਂਦਾ। ਹਾਂ, ਇਹ ਦੋਨੇ ਟਰੈਕਟਰ ਨਹੀਂ ਦੇਖੋ ਜਿਹੜੇ ਆਪਾਂ ਟੋਜਣ ਵਾਲੇ ਚਲਾਏ, ਕਿੱਥੇ ਹਟਦਾ ਕਿੱਥੇ ਹਟਦਾ। ਗ੍ਰਿਪ ਜੀ ਕਿੱਧਰ ਗਈ ਬਾਈ, ਗ੍ਰਿਪ ਜੀ ਕਿੱਧਰ ਗਈ, ਆਓ ਜੱਕ।
ਕਰੋਗੇ ਕਰਨਗੇ ਹਟਦੇ ਕਿੱਥੇ ਆ ਲੋ ਵੀ ਮਿੱਤਰੋ ਇੱਕ ਦੋ ਕੰਮ ਆ ਜਿਹੜੇ ਕਰਨ ਵਾਲੇ ਕਰ ਲਗੇ ਬੰਪਰ ਤੇ ਕੀ ਬਣਾਈਏ ਪੁਰਾਣਾ ਹੀ ਕਿ ਨਵਾਂ ਕੁਛ ਬਸ ਠੀਕ ਆ ਫਿਰ ਇੱਕ ਵਾਰੀ ਪੀਸੀ ਦਾ ਮਾਰੋ ਸੈਲਫ ਇਹਦੀ ਕੋਲਡ ਸਟਾਰਟ ਕਰੋ ਇੰਜਣ ਉਂਜਣ ਦਾ ਗਰਮ ਹੋ ਜੂਗਾ ਉਹਨਾਂ ਟਾਈਮ ਚੱਕ ਲੈ ਇਹਦਾ ਬਾਹਲੀ ਛੇਤੀ ਸਟਾਰਟ ਹੋ ਗਿਆ ਗਰਮ ਆ ਜਾ ਬਈ ਸਲਾਂਸਰ ਤਾਂ ਕੱਢਿਆ ਇਹਦਾ ਸੋਹੀ ਜਾ ਕੱਪੜਾ ਮਾਰ ਕੇ ਫਿਰ ਹੋਰ ਇਹ ਨਵਾਂ ਹੀ ਆਇਆ ਡੇ ਆਣ ਕੇ ਪਹਿਲਾਂ ਵੀ ਆਉਂਦੇ ਸੀ ਆਪਾਂ ਇੱਕ ਲਾਉਣਾ ਉਹ 20 ਪਲਾਜ਼ਾ ਯਾਰ ਅਰਲੇ ਮੇਰੇ ਕੋਲੇ ਘਰੇ ਪਈ ਆ ਉਹ ਲਾ ਲਾਂਗੇ ਕਿ ਲੋੜ ਹੀ ਨਹੀਂ ਉਹਨੂੰ ਹੁਣ ਤਾਂ ਨਹੀਂ ਲੋੜ ਹਨਾ ਇੱਕ ਵੱਡਾ ਮਿੱਤਰੋ 20 ਪਲਾਜ਼ਾ ਜਿਹੜਾ ਹੁੰਦਾ ਵਾ ਉਹ ਲਾਉਂਦੇ ਉਹ ਜਿਹੜਾ ਸਾਰਿਆਂ ਨਾਲੋਂ ਵਧੀਆ ਕੁਆਲਿਟੀ ਵਾਲਾ ਉਹ ਲਿਆਈ ਕਿ ਦੋਨੇ ਦਿਖਾਏਗਾ ਹੈਲਾ ਦਾ ਸਹੀ ਆ ਉਹ ਪ੍ਰੈਜ਼ੀਡੈਂਟ ਤਾਂ ਆਪ ਆਣਾ ਇਹ ਹਾਂ ਇਹ ਰਬੜ ਦੀ ਹੁੰਦੀ ਹੈ ਇਹਦੀ ਬਾਡੀ ਕਿ ਮੈਟਲ ਹੀ ਹੁੰਦਾ ਇਹ ਸਾਰਾ ਇੱਕ ਰਬੜ 'ਚ ਵੀ ਆਉਂਦਾ ਨਾ ਆਹ ਵਾਲਾ ਇਹ ਤਾਂ ਆਪਾਂ ਛਾਪ ਛਾਪ ਕੇ ਜਿਵੇਂ ਮਰਜ਼ੀ ਆਪਾਂ ਦੂਜੇ ਦੇਸੀਆਂ ਦੇ ਪਾਈ ਜਾਈਏ ਸਾਰਾ ਸਮਾਨ ਤਾਂ ਨਾਲ ਦਿੰਦੇ ਆ ਓਏ ਲੈ ਮੂੰਹ ਨਾ ਵਜਾ ਕੇ ਦਿਖਾ ਵੱਜ ਤਾਂ ਜਾਣਾ ਹੀ ਆ ਭੁੱਲਿਆ ਸੋਹੀ ਜ਼ੋਰ ਜ਼ੋਰ ਬੜਾ ਲੱਗੂ ਤੋਰ ਨਾ ਹੋ ਜੇ ਗੁੱਸੇ ਵਜਾਈ ਇਹ ਪਿੱਛੇ ਵੀ ਜ਼ੋਰ ਚਾਹੀਦਾ ਕਿੱਥੇ ਚਾਹੀਦਾ ਆਈ ਲਾ ਲਾ ਫਿਰ ਆਈ ਲਾ ਲਾ ਫਿਰ ਨਾ ਆਈ ਲਾ ਲਾ ਮੋਟਰ ਦੀ ਲੋੜ ਹੀ ਨਹੀਂ ਪੈਪ ਕੋਲੇ ਲਾ ਲਾ ਐ ਖਿੱਚ ਕੇ ਪੈਪ ਮੂੰਹ ਚ ਲਈ ਜੂ ਐ ਵੀ ਕੋਵੇ ਮੇਰੀ ਫੂਕ ਨਾ ਨਿਕਲੇ ਕਿਹੜੇ ਉੱਤੇ ਚੜ ਜੂ ਚਰੋਈ ਚਰੋਈ ਚੱਲੂ ਕਿਹਨੇ ਚੱਲੂ 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 ਚੱਲਦਾ ਨਹੀਂ ਓਏ ਤਾਰਾਂ ਲਾਉਂਦਾ ਸਮਝਦਾ ਪਿਆ ਜੇ ਕਿਵੇਂ ਤਾਰਾਂ ਵੈਰਿੰਗ ਕਿਵੇਂ ਆਲਟਰ ਲਾ ਕੇ ਚਲਾਉਣੀ ਵੈਰਿੰਗ ਵਾਲੀ ਹੈ ਨਾ ਉਲਟ ਲੱਗ ਗਈ ਹਵਾ ਕਿਵੇਂ ਹੋਈ ਤੂੰ ਨੀ ਸੁਣਿਆ ਉਹ ਹਾਰਨ ਵਜਾਉਣਾ ਅੱਜ ਵੀਡੀਓ ਚ ਵਜਾਉਣਾ ਹੀ ਵਜਾਉਣਾ ਲਾ ਕੇ ਲਿਆ ਲਿਆ ਵੀ ਲੈ ਵੀ ਕੱਢ ਲੈ ਕਹਿੰਦੇ ਡੌਗ ਹਾਰਨ ਕੱਢ ਲਿਆ ਹੈ ਡੌਗ ਆ ਪਰ ਹਵਾ ਚ ਝੋਟੇ ਅਰ ਗਈ ਇਹਦੀ ਡੌਗ ਹਾਰਨ ਲਿਆ ਵੀ ਸਪੈਸ਼ਲ ਲਿਖਿਆ ਵਾ ਕਹੇ ਜਾ ਹੋਏ ਕੱਟ ਬੋਲ ਤ੍ਰਿਪਲ ਡਰਾਪ ਸੀ ਕਿਆ ਹੋ ਰਹੀ ਕੋ ਸਮਝ ਨਾ ਇਹਦਾ ਉੱਤੇ ਚੜਾ ਕੇ ਜੇ ਮਾਰਦਾ ਨਾ ਤਾਂ ਆ ਲੱਗੂਗਾ ਕਿ ਟੱਠਾ ਚੜਿਆ ਆ ਉੱਤੇ ਟਰਬੋ ਜੀ ਨਾਲ ਲੈਣਾ ਵਿੱਚ ਬਾਹਰ ਇਹਦਾ ਨਾਮ ਆ ਡਰਾਉਂਦਾ ਬਈ ਇਹ ਤਾਂ ਟੈਗ ਕਰਾ ਦੇ ਤਾਂ ਉਹ ਬੰਦੇ ਨੂੰ ਕੋਲੇ ਜੇ ਜਾ ਕੇ ਵਜਾਦਾ ਤਾਂ ਬੰਦਾ ਮਰ ਜੂ ਟੈਗ ਹੋ ਜੂ ਰਣ ਇਹਦਾ ਸਾਡੇ ਪਿੰਡ ਲੱਗਿਆ ਹੁੰਦਾ ਹੀ ਰੋਕ ਮਿੱਤਰੋ ਕਮੈਂਟ ਕਰਕੇ ਦੱਸਿਓ ਆਹ ਲਾਈਏ ਆਹ ਲਾਈਏ ਨਹੀਂ ਨਹੀਂ ਆਹ ਤਾਂ ਲਾਉਣਾ ਹੀ ਲਾਉਣਾ ਆਹ ਵੀ ਲਾ ਦਈਏ ਇੱਕ ਸਾਰੇ ਲਾ ਦੇਣੇ ਆ ਉਹ ਸਾਤਰੀ ਜੀ ਬੜਾ ਵਧੀਆ ਲੱਗੂ ਲੁਕੋ ਕੇ ਜੇ ਲਾਇਆ ਹੋਵੇ ਨਾ ਬੰਪਰ ਤੇ ਇਹ ਤਾਂ ਦੇਖ ਕੇ ਪੁਲਿਸ ਵਾਲਿਆਂ ਨੇ ਲਾ ਲੈਣਾ ਵਾ ਬੰਪਰ ਤੇ ਥੱਲੇ ਲਾ ਦਾਂਗੇ ਲੁਕੋ ਕੇ ਜਿਵੇਂ ਕੋਲੇ ਗਏ ਕਹਿੰਦੇ ਪਾਂ ਪਾਂ ਲੀਲੀ ਵੱਜਦੀ ਜਾਂਦੀ ਏ ਯਾਰ ਸ਼ੋਅ ਦੇ ਨਾਲ ਟੱਚ ਹੁੰਦਾ ਯਾਰ ਅੱਛਾ ਮਗਰੋਂ ਕਸਣ ਵਾਲੀ ਆ ਜੇ ਪੱਤੀ ਇੱਥੋਂ ਜਦੇ ਇੱਥੇ ਕਸਿਆ ਗਿਆ ਫਿਰ ਸ਼ੋਅ ਨਾਲ ਨਹੀਂ ਟੱਚ ਹੋਣਾ ਜਮਾਂ ਸੈੱਟ ਆ ਪਰ ਇੱਧਰੋਂ ਨਹੀਂ ਜਮਾਂ ਓਕੇ ਆ ਬਾਈ ਇੱਥੇ ਕਸਿਆ ਜਾਊਗਾ ਸ਼ੋਅ ਤੋਂ ਵੀ ਦੂਰ ਹੀ ਰਹੂਗਾ ਬਾਹਲੀ ਗਲਾ ਇੱਥੋਂ ਵੱਢ ਦੂੰਗਾ ਮੈਂ ਜੇ ਕੋਈ ਚੱਕਰ ਹੋਇਆ ਨਾ ਇੱਥੋਂ ਥੋੜ੍ਹਾ ਜਿਹਾ ਵੱਢ ਦਾਂਗੇ ਫਿਰ ਸੈੱਟ ਰਹੂ ਲਓ ਵੀ ਮੈਂ ਤੈਨੂੰ ਮਾਏ ਕਟਾਉਂਦਾ ਸੀ ਵਾਲ ਦੇਖੀਏ
ਹਾਰਨ ਚਲਾ ਉਹ ਤੇਰੀ ਆਹ ਜਿਹੜਾ ਬਲੈਕ ਕਰਕੇ ਪੈਪ ਵਾਲਾ ਕੰਮ ਕਰਤਾ ਨਾ ਸਿਰਾ ਹੀ ਕਰਤਾ ਵੇਖੀ ਵਜਾ ਕੇ ਚਾਬੀ 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 ਗੱਲਬਾਤ ਪੂਰੀ ਆ ਬਾ ਇੱਥੋਂ ਨਾਲ ਵੱਜ ਸਕਦਾ ਜਦੋਂ ਇਹ ਨੱਪਦੇ ਹਾਂ ਇੱਥੇ ਕੁਛ ਭਰ ਜੇ ਰਹੂੰਗਾ ਮੈਂ ਅਤੇ ਇੱਥੇ ਹੀ ਰਹੇ ਮਤਲਬ ਜਾਂ ਫਿਰ ਇੱਥੇ ਦੋ ਵਾਸ਼ਲਾਂ ਪਾ ਕੇ ਬਾਹਰ ਨੂੰ ਕਰਕੇ ਥੋੜ੍ਹਾ ਕਾਹ ਦਾਂਗੇ ਮਾਰ ਲਾ ਮਿਹਨਤੀ ਮਿੱਤਰਾ ਹੈਲੋ ਸਰ ਪਿੱਛੋਂ ਟੈਂਟ ਦਿਖ ਰਹੀ ਆ ਮਿੱਤਰੋ ਜਿਵੇਂ ਪਹਿਲਾਂ ਪਲੇਟ ਬਣੀ ਹੁੰਦੀ ਉੱਤੇ ਹੈਪੀ ਗੋਲਡ ਸਮਿਥ ਨੀਚੇ ਡਰੈਗਨ ਆਹ ਇੱਕ ਚੀਜ਼ ਮੈਨੂੰ ਤੇਰੀ ਵਧੀਆ ਲੱਗੀ ਐਪਰੀਸ਼ੀਏਟ ਡੈਟ ਵਰਕ ਬਾਈ ਪੈਪ ਕਾਲੀ ਕਰਤੀ ਜੇ ਇੱਥੇ ਮੈਂ ਦੋ ਵਾਸ਼ਲਾਂ ਪਾ ਦਾਂ ਯਾਰ ਯਾਰ ਆਹ ਦੇਖ ਝਟਕਾ ਜਿਵੇਂ ਚੱਕ ਚੁੱਕ ਕੇ ਮਾਰਿਆ ਸ਼ੋਚ ਨਾ ਵੱਜੇ ਜਾਂ ਫਿਰ ਇਹਨੂੰ ਵੱਢਦਾ ਮਾੜਾ ਜਿਹਾ ਕੱਟਣਾ ਦੱਸੋ ਵੱਢ ਦੇ ਘਰੇ ਜਾ ਕੇ ਵੱਢ ਲਊਂ ਤਾਂ ਮੈਂ ਹਨਾ ਥੋੜ੍ਹਾ ਜਿਹਾ ਵੱਢ ਦਿੰਦਾ ਵਾ ਲਓ ਵੀ ਮਿੱਤਰੋ ਰੇਸ ਵਾਲਾ ਨਟ ਪੂਰਾ ਖੋਲਤਾ ਪਰ ਸਿਰੇ ਨਹੀਂ ਲੱਗਦੇ ਯਾਰ ਇੰਨੀ ਵਿੱਥ ਰਹਿ ਜਾਂਦੀ ਇਹਨੂੰ ਵੀ ਨੱਪੀ ਜਾਂਦਾ ਠੀਕ ਹੈ ਇਹ ਇੱਥੇ ਆ ਕੇ ਲੱਗ ਜਾਂਦੀ ਇਹਦੇ ਨਾਲ ਮੈਟ ਚੱਕ ਕੇ ਵੀ ਪੂਰੀ ਨਹੀਂ ਲੱਗਦੀ ਯਾਰ ਜੇ ਕੋਈ ਹੀਲਾ ਦੱਸੋ ਮੈਨੂੰ ਕਮੈਂਟ 'ਚ ਯਾਰ ਸੋਰੀ ਮਿੱਤਰੋ ਫਿਰ ਕੱਲ੍ਹ ਵਲੋਗ ਨਹੀਂ ਆਇਆ ਕਿਉਂਕਿ ਯਾਰ ਕੰਮ ਵਿੱਚ ਹੀ ਰਹਿ ਗਏ ਕੱਲ੍ਹ ਹਾਰ ਨਹੀਂ ਲਾਇਆ ਸੀ ਉਸ ਤੋਂ ਬਾਅਦ ਲੈਟ ਉੱਠ ਗਈ ਥਾਪਰ ਕੇ ਅਤੇ ਕੰਮ ਵਾਹਵਾ ਹੋਇਆ ਨਹੀਂ ਜਿਹੜਾ ਆਪਾਂ ਮੂਹਰੇ ਪਲੇਟ ਬਣਾਉਣੀ ਸੀਗੀ ਅਤੇ ਅੱਜ ਜਾਣਾ ਸੀ ਅਤੇ ਅੱਜ ਮੇਰਾ ਪਲੈਨ ਬਣਿਆ ਵਾ ਗੋਲਵਾਲ ਸਾਹਿਬ ਜਾਣ ਦਾ ਠੀਕ ਹੈ ਜੀ ਅਤੇ ਮੇਕੂ ਹੋਰਾਂ ਨੇ ਵੀ ਜਾਣਾ ਮੇਕੂ ਤਿਆਰ ਹੋਈ ਜਾਂਦਾ ਵਾ ਲੱਕੀ ਹੋਰ ਤੁਹਾਨੂੰ ਪਤਾ ਗਏ ਵੀ ਆ ਟਰੈਕਟਰ ਲੈ ਕੇ ਨਹੀਂ ਚੱਲੇ ਗਏ ਆਪਾਂ ਚੱਲਿਆ ਗੱਡੀ 'ਤੇ ਚੱਲਦੇ ਹਾਂ ਫਿਰ ਹੈ ਮੇਕੂ ਹੈਲੋ ਮੁੱਛਾ ਲੱਗ ਗਈਆਂ ਮੁੱਛਾਂ ਬਈ ਮੈਨੂੰ ਜੰਮੀ ਲਓ ਵੀ ਮਿੱਤਰੋ ਹਰੀ ਕੇ ਪਹੁੰਚ ਗਏ ਅਤੇ ਛੱਡੀਏ ਪ੍ਰਸ਼ਾਦਾ ਪਾਣੀ ਕੁਛ ਨਾ ਕੁਛ ਟਰੈਕਟਰ 'ਤੇ ਆਉਣ ਦਾ ਜ਼ਿਆਦਾ ਮਨ ਸੀ ਪਰ ਥੋੜ੍ਹਾ ਜਿਹਾ ਬਜਟ ਟਾਈਟ ਹੋਇਆ ਪਿਆ ਸੀ ਹੋਰ ਗੱਲ ਕੋਈ ਨਹੀਂ ਵਾਹਿਗੁਰੂ ਨਗਰ ਕੀਰਤਨ ਨਿਕਲ ਰਿਹਾ ਮਿੱਤਰੋ ਇੱਥੇ ਹਰੀ ਕੇ ਮਿੱਤਰੋ ਬਹੁਤ ਵੱਡਾ ਨਗਰ ਕੀਰਤਨ ਹੈ ਮਹਾਨ ਨਗਰ ਕੀਰਤਨ ਇਹ ਹਰੀ ਕੇ ਤੋਂ ਮੇਰੇ ਹਿਸਾਬ ਨਾਲ ਸਰਾਲੀ ਪਹੁੰਚਣ ਵਾਲੇ ਹਾਂ ਨਾ ਭਾਬੀ ਆਪਾਂ ਸਰਾਲੀ ਪਹੁੰਚਣ ਵਾਲੇ ਹਾਂ ਤੇ ਹਜੇ ਤੱਕ ਲੰਗਰ ਹੀ ਲੰਗਰ ਹੈ ਮਿੱਤਰੋ ਲੰਗਰ ਹੀ ਲੰਗਰ ਐ ਲੱਸੀਆਂ ਵੀ ਲਓ ਕਦੇ ਸੇਬ ਖਾ ਲਓ ਕਦੇ ਕੇਲੇ ਖਾ ਲਓ ਬਾਕੀ ਬਹੁਤ ਮੈਂ ਕਹਿੰਦਾ ਯਾਰ ਲੰਮਾ ਨਗਰ ਕੀਰਤਨ ਹੈ ਗੋਂਦਵਾਲ ਸਾਹਿਬ ਤੱਕ ਹੀ ਜਾਣਾ ਵਾ ਇਹ ਬਚਨ ਜਦੋਂ ਸਿੱਧ ਆਏ ਨਾ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲ ਆਊਗੀ ਮਿੱਤਰੋ ਮੈਂ ਇੱਥੋਂ ਫੁੱਲ ਸੰਗਤ ਸ਼ੁਰੂ ਹੋ ਜਾਣੀ ਟ੍ਰੈਫਿਕ ਇਹ ਆ ਗਿਆ ਆਪਾਂ ਫਤਿਹਾਬਾਦ ਹਾਰਦਿਕ ਸਵਾਗਤ ਵੀ ਹੋ ਗਿਆ ਪਹੁੰਚ ਗਏ ਮਿੱਤਰੋ 4 ਵਜੇ ਵੱਜ ਗਏ ਸਾਨੂੰ ਹੌਲੀ ਹੌਲੀ ਆਏ ਨਾ ਫਿਰ ਨਗਰ ਕੀਰਤਨ ਕਰਕੇ ਸਾਨੂੰ ਥੋੜ੍ਹਾ ਜਿਹਾ ਟਾਈਮ ਜ਼ਿਆਦਾ ਲੱਗ ਗਿਆ ਪਰ ਕੋਈ ਗੱਲ ਨਹੀਂ ਕਿਵੇਂ ਗਰਮੀ 'ਚ ਬੈਠੇ ਆ ਚਾਚਾ ਠੰਡ ਆ ਪੂਰੀ ਪੂਰੀ ਪਈ ਜਾਂਦੀ ਆ ਮੈਕੂ ਕਿੰਨੇ ਖੋਣੇ ਲੈਣੇ ਆ
ਸਾਰੇ ਸਾਰੇ ਹੀ ਲੈਣੇ ਮਿੱਤਰ ਨੇ, ਆਹ ਵੀ ਲੈਣਾ ਉਹ ਵੀ ਲੈਣਾ ਸਾਰੇ ਗੋਲ ਗੋਲ ਘੁੰਮ ਕੇ ਜਿੰਨੇ ਖਾਣੇ ਆ ਨਾ ਅਤੇ ਵਾਹਿਗੁਰੂ ਨਹੀਂ ਕਰਨ ਜਾਣਾ ਮੈਂ ਗੁਰਮੱਤ ਫਿਕਰ ਕਰ ਚਲੀ ਚਲੋ ਮੈਕੂ ਆਪੇ 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 ਮੈਂ ਤੁਰ ਕੇ ਜਾਊਂ ਵਾਹਿਗੁਰੂ ਵਾਹਿਗੁਰੂ ਮਿੱਤਰੋ ਜਦੋਂ ਵੀ ਮੈਂ ਇੱਦਾਂ ਦਾ ਕੁਝ ਦਿਖਾਉਂਦਾ ਹੁੰਦਾ ਤਾਂ ਪੌਸ ਕਰਕੇ ਪੜ੍ਹਿਆ ਜ਼ਰੂਰ ਕਰੋ ਵੀਰੇ ਇੱਥੋਂ ਦੀ ਤਾਂ ਖੁਸ਼ਬੂ ਹੀ ਬੜੀ ਸੋਹਣੀ ਮਿੱਟੀ ਵਾਲੀ ਪੁਰਾਣੀ ਇਮਾਰਤ ਆ ਮਿੱਤਰੋ ਉਤਰਨਾ ਚੜ੍ਹਨਾ ਵੀ ਥੋੜ੍ਹਾ ਜਿਹਾ ਹੋਰ ਹਿਸਾਬ ਦਾ ਇਹ ਰਾਧਾ ਨਾ ਮੈਨੂੰ 10 ਸਾਲ ਪਿੱਛੇ ਲੈ ਗਈ ਇੱਥੋਂ ਦੀ ਖੁਸ਼ਬੂ 10 ਸਾਲ ਪਿੱਛੇ ਲੈ ਗਈ ਬਹੁਤ ਸੋਹਣੀ ਖੁਸ਼ਬੂ ਆ ਮਿੱਤਰ ਅਤੇ ਮਿੱਟੀ ਦੀ ਇੱਕ ਵੱਖਰੀ ਜਿਹੜੇ ਵੀ ਗੋਇੰਦਵਾਲ ਸਾਹਿਬ ਆਏ ਇੱਧਰ ਜ਼ਰੂਰ ਆਏ ਤੁਸੀਂ ਪਤਾ ਹੀ ਨਹੀਂ ਕਿੰਨੇ ਹੀ ਸਾਲ ਪਿੱਛੇ ਨੂੰ ਚਲੇ ਜਾਊਂਗੇ ਭੱਜ ਕੇ ਭੱਜ ਕੇ ਭੱਜ ਕੇ ਭੱਜ ਕੇ ਭੱਜ ਕੇ ਬਾਗੋ 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 ਚਲੋ 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 ਮਿੱਤਰੋ ਵੱਖੋ ਵੱਖਰੇ ਪਿੰਡਾਂ ਤੋਂ ਵੱਖੋ ਵੱਖਰੇ ਮੈਂ ਕਹਿੰਦਾ ਪੰਜਾਬ ਦੇ ਪਾਸਿਆਂ ਤੋਂ ਨਗਰ ਕੀਰਤਨ ਆ ਰਹੇ ਆ ਮਿੱਤਰੋ ਹੁਣ ਆਹ ਸੋਹਣੇ ਲੀਕੇ ਦਾ ਇਹਨੂੰ ਦੁਬਾਰਾ ਤਿਆਰ ਕਰਦੇ ਹਾਂ ਟਾਇਰ ਟੂਰ ਪਾ ਗਈ ਘੈਂਟ ਥੋੜ੍ਹਾ ਟਾਈਮ ਵੇਟ ਕਰੋ ਇਹਦੀ ਥੋੜ੍ਹੀ ਡੈਂਟਿੰਗ ਬੈਂਟਿੰਗ ਵੀ ਕਰਾਉਣੀ ਪੈਣੀ ਹੁਣ ਥੋੜ੍ਹਾ ਟਾਈਮ ਵੇਟ ਕਰੋ 745 ਬੜਾ ਘੈਂਟ ਆ ਇਹਦਾ ਬੜਾ ਭੱਜਦਾ ਭੱਜਦਾ ਤਾਂ 70 ਪਲੱਸ ਜਾਂਦਾ ਇਹ ਇਕੱਲੀ ਰੇਸ ਖੋਲ ਕੇ ਦੇਖ ਲਾ ਅਮਰੀਕ ਤੇਰੀ ਡਰਾਈਵਰੀ ਦਾ ਅੱਜ ਪਤਾ ਲੱਗਣਾ ਵਾ ਇਹ ਇੱਥੇ ਸਿੱਟੂ ਭੱਜ ਕੇ ਮੂੰਹ ਦੀ ਗੱਲ ਦੀ ਇੱਧਰ ਦੇਖ ਲਾ ਕਿੱਥੇ ਜਾ ਕੇ ਨਿਕਲੇਗਾ ਪਾਣੀ ਵੇਖ ਘੁਮੀਰੀਆਂ ਬੜਾ ਬੜਾ ਜਾਂਦਾ ਹੌਲੀ 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 ਆਹ ਦੇਖ ਪਾਣੀ ਇੱਥੇ ਬਹੁਤ ਤੇਜ਼ ਆ ਇਧਰੋਂ ਪਹਾੜਾਂ ਚੋ ਆ ਰੱਸੀ ਜੀ ਕਾਹਦੀ ਲਾਈ ਆ ਕਹਿੰਦੇ ਕੈਸ਼ਤੀ ਸਪੈਸ਼ਲ ਤਿਆਰ ਪਈ ਆ ਵਾਈਲਡ ਵਾਲੀਆਂ ਚੀਜ਼ਾਂ ਹੀ ਬਹੁਤ ਆ ਇੱਥੇ ਜਾਨਵਰ ਹੀ ਮੈਂ ਕਹਿੰਦਾ ਤਰ੍ਹਾਂ ਤਰ੍ਹਾਂ ਦੀਆਂ ਚਿੜੀਆਂ ਫਿਰ ਕੱਛੂ ਘੁੰਮੇ ਮਗਰਮੱਛ ਦੀ ਵੀ ਸੁਭਾਵਨਾ ਹੈ ਮੱਕਰੋ ਹੈ ਲੱਕੜੋ ਹੈ
ਬਾਪੂ ਵਾਲਾ ਸਿਸਟਮ ਤੇ ਇੱਧਰ ਮੇਰੇ ਸਾਹਮਣੇ ਸਿੱਟੂ ਸੱਪ ਸੁੱਪ ਦਾ ਆਣ ਗਿਣਤੀ ਆ ਨਾ ਦੇਖੋ ਬਾਈ ਮੱਛੀਆਂ ਵੀ ਮੈਂ ਕਹਿੰਦਾ ਤਰ੍ਹਾਂ ਤਰ੍ਹਾਂ ਦੀਆਂ ਪੰਛੀ ਵੀ ਬਾਹਰ ਦੇ ਬਹੁਤ ਆਉਂਦੇ ਹੁੰਦੇ ਆ ਰੁੱਤ ਦੇ ਹਿਸਾਬ ਨਾਲ ਮੈਕੂ ਜਾ ਮੱਝ ਨੂੰ ਨਵਾ ਦੇ ਨਹੀਂ ਮਿੱਤਰੋ ਤੁਹਾਨੂੰ ਸੋਨਾ ਲੀਕਾ ਵੀ ਦਿਖਾਤਾ ਪੁਰਾਣਾ ਇਹਨੂੰ ਕਰੀਏ ਤਿਆਰ ਯਾਰ ਬਸ ਇਹਦਾ ਨੰਬਰ ਆਊਗਾ ਮਿੱਤਰੋ ਜਲਦੀ ਬਾਬਾ ਕਰੇ ਕਿਰਪਾ ਤੇ ਫਿਰ ਇਹਨੂੰ ਘੈਂਟ ਬਣਾ ਦਾਂਗੇ ਤੂੰ ਅੱਜ ਦੇ ਵਲੋਗ ਦੇ ਵਿੱਚ ਇੰਨਾ ਹੀ ਮਿਲਦੇ ਆ ਤੁਹਾਨੂੰ ਕੱਲ੍ਹ ਨੂੰ ਬੁੱਬਾਏ ਮੁੰਡੇ ਚਰਨੀ ਚਕਾਉਂਦੇ ਮਰਨਾ ਮਨਜੂਰਿਆ ਬੰਦਾ ਮਾਰਨੇ ਦਾ ਕੰਮ ਸਾਡਾ ਦਸਤੂਰਿਆ ਗੱਲ ਕਰਦਾ ਆ ਪੂਰੀ ਜਿਹੜੀ ਕਹਿ ਦਵਾਂ ਪਹਿਲੀ ਕੰਮ ਹੌਲੀ ਹੌਲੀ ਕਰਾਂ ਕਰਦਾ ਨਾ ਅਣਕਹਿਲੀ ਮੁੰਡਾ ਪੱਟਿਆ ਰਗਾਨੇ ਤੇਰੀ ਨੋਜ਼ ਪੈਨ ਦਾ ਤੇਰਾ ਝੂਟੇ ਖਾਂਦਾ ਲੱਕ ਮੇਰਾ ਸੀਨਾ ਬੈਨ ਦਾ ਹੁਣ ਦੇ ਦੇ ਤੂੰ ਜਵਾਬ ਬਹੁਤਾ ਨੀ ਮੈਂ ਬੋਲਦਾ ਨੀ ਮੈਂ ਪੇਂਡੂ ਜਿਹਾ ਮੁੰਡਾ ਕੋਲੇ ਮੋਗੇ ਗੋਲਦਾ